ਹਰਿਆਣਾ ਦੀ ਸਿਆਸਤ ਚ ਓਲੰਪਿਕ ਖਿਡਾਰੀ ਵਿਨੇਸ਼ ਵਗਾਰ ਤੇ ਬਜਰੰਗ ਪੂਨੀਆ ਦੇ ਕਾਂਗਰਸ ਤੋਂ ਵਿਧਾਨ ਸਭਾ ਚੋਣ ਲੜਨ ਦੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਨੇ। ਵਿਨੇਸ਼ ਜਿੱਥੇ ਆਪਣੀ ਚਚੇਰੀ ਭੈਣ ਭਾਜਪਾ ਨੇਤਾ ਬਬੀਤਾ ਫੋਗਾਟ ਵਿਰੁੱਧ ਚਰਖੀ ਦਾਦਰ ਚ ਚੋਣ ਮੈਦਾਨ ਚ ਨਿਤਰ ਸਕਦੀ ਹੈ, ਉੱਥੇ ਹੀ ਬਜਰੰਗ ਪੂਨੀਆ ਬਰੋਂਦਾ ਚ ਭਲਵਾਨ ਯੋਗੇਸ਼ਵਰ ਦੱਤ ਵਿਰੁੱਧ ਚੋਣਾਂ ਲੜਦੇ ਨਜ਼ਰ ਆ ਸਕਦੇ ਨੇ। ਦੱਸਦੇ ਕਿ ਤੈਅ ਮਾਪਦੰਡਾਂ ਤੋਂ ਵੱਧ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਬਾਹਰ ਹੋਈ ਵਿਨੇਸ਼ ਨੇ ਸ਼ੁੱਕਰਵਾਰ ਨੂੰ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਹੁੱਡਾ ਨਾਲ ਨਵੀਂ ਦਿੱਲੀ ਚ ਮੁਲਾਕਾਤ ਕੀਤੀ। ਓਲੰਪਿਕ ਖੇਡਾਂ ਚੋਂ ਬਾਹਰ ਹੋ ਜਾਣ ਤੋਂ ਬਾਅਦ ਹੁੱਡਾ ਨੇ ਵਿਨੇਸ਼ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਸੀ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਚਾਹੀਦਾ ਹੈ। ਵਿਨੇਸ਼ ਫੋਗਾਟ ਦੀ ਚਚੇਰੀ ਭੈਣ ਬਬੀਤਾ ਰਾਸ਼ਟਰ ਮੰਡਲ ਖੇਡਾਂ ਦੀ ਕੁਸ਼ਤੀ ਚ ਮੈਡਲ ਜੇਤੂ ਹੈ। ਉਸਨੇ 2019 ਦੀਆਂ ਵਿਧਾਨ ਸਭਾ ਚੋਣ ਚਰਖੀ ਦਾਦਰੀ ਤੋਂ ਭਾਜਪਾ ਦੀ ਟਿਕਟ ਤੇ ਲੜੀ ਸੀ ਪਰ ਹਾਰ ਗਈ ਸੀ। ਚਰਚਾ ਹੈ ਕਿ ਕਾਂਗਰਸ ਵਿਨੇਸ਼ ਨੂੰ ਚਰਖੀ ਦਾਦਰੀ ਤੋਂ ਹੀ ਬਬੀਤਾ ਦੇ ਸਾਹਮਣੇ ਉਤਾਰ ਸਕਦੀ ਹੈ। ਇਸਦੇ ਤਰ੍ਹਾਂ ਸੋਨੀਪਤ ਦੇ ਬਰੋਦਰ ਚ ਭਾਜਪਾ ਦੇ ਸੰਭਾਵੀ ਉਮੀਦਵਾਰ ਭਲਵਾਨ ਯੋਗੇਸ਼ਵਰ ਦੱਤ ਦੇ ਮੁਕਾਬਲੇ ਕਾਂਗਰਸ ਬਜਰੰਗ ਪੂਨੀਆ ਨੂੰ ਉਤਾਰ ਸਕਦੀ ਹੈ। ਯੋਗੇਸ਼ਵਰ ਭਾਜਪਾ ਤੋਂ ਪਿਛਲੀ ਵਿਧਾਨ ਸਭਾ ਚੋਣ ਹਾਰ ਚੁੱਕਾ ਹੈ। ਵਿਨੇਸ਼ ਫੋਗਾਟ ਤੇ ਬਜਰੰਗ ਹਾਲੇ ਸਿਆਸਤ ਚ ਜਾਣ ਤੋਂ ਇਨਕਾਰ ਕਰ ਰਹੇ ਨੇ ਪਰ ਜਾਣਕਾਰ ਦੱਸਦੇ ਹਨ ਕਿ ਕਾਂਗਰਸ ਦੋਵਾਂ ਨੂੰ ਚੋਣਾਂ ਲਈ ਤਿਆਰ ਕਰਨ ਚ ਲੱਗੀ ਹੋਈ ਹੈ। ਸ਼ੁੱਕਰਵਾਰ ਨੂੰ ਦਿੱਲੀ ਚ ਪਤੀ ਸੋਮੀਵੀਰ ਪਾਠੀ ਨਾਲ ਪੁੱਜੀ ਵਿਨੇਸ਼ ਦੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰੀਬ ਇੱਕ ਘੰਟੇ ਤੱਕ ਚੱਲੀ। ਇਸ ਦੌਰਾਨ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਮੌਜੂਦ ਸਨ ਤੇ ਹੁਣ ਦੇਖਣਾ ਹੋਵੇਗਾ ਕਿ ਵਿਨੇਸ਼ ਫੋਗਾਟ ਚੋਣ ਮੈਦਾਨ ਚ ਉਤਰੇਗੀ ਕਿ ਨਹੀਂ। ਹੋਰ ਅਪਡੇਟ ਲਈ ਦੇਖਦੇ ਰਹੋ ਜੇਬੀਡੀ ਟੀਵੀ।